ਪੰਜਾਬ ਸਰਕਾਰ ਵੱਲੋਂ ਪੇ ਕਮਿਸ਼ਨ ਦੀ ਲਾਗੂ ਕੀਤੀ ਰਿਪੋਰਟ ਦੇ ਵਿਰੋਧ ਵਿੱਚ ਅੱਜ ਸਟਾਫ ਨਰਸ ਐਸੋਸੀਏਸ਼ਨ ਨੇ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਦਾ ਕੰਮਕਾਜ ਬੰਦ ਕਰਕੇ ਹਸਪਤਾਲ ਦੇ ਬਾਹਰ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੇ ਜੋ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਹੈ ਉਸ ਵਿੱਚ ਕਈ ਖਾਮੀਆਂ ਅਤੇ ਤਰੁੱਟੀਆਂ ਹਨ ਜਿਸ ਕਰਕੇ ਉਹਨਾਂ ਨੂੰ ਇਹ ਰਿਪੋਰਟ ਮਨਜ਼ੂਰ ਨਹੀਂ ਹੈ। ਇਸ ਰਿਪੋਰਟ ਵਿੱਚ ਨਰਸਾਂ ਨੂੰ ਕੁਝ ਨਹੀਂ ਦਿੱਤਾ ਗਿਆ, ਇਸ ਲਈ ਉਹਨਾਂ ਨੇ ਕਿਹਾ ਕਿ ਰਿਪੋਰਟ ਨੂੰ ਖਾਰਜ ਕਰਕੇ ਇਸ ਵਿੱਚ ਸੋਧ ਕੀਤੀ ਜਾਵੇ। ਉਹਨਾਂ ਦੇ ਪ੍ਰਧਾਨਾਂ ਦੀ ਮੀਟਿੰਗ ਪੰਜਾਬ ਸਰਕਾਰ ਦੇ ਨਾਲ ਹੋ ਰਹੀ ਹੈ। ਜੇ ਇਸ ਮੀਟਿੰਗ ਦੇ ਵਿੱਚ ਉਹਨਾਂ ਦੇ ਹੱਕਾਂ ਦੇ ਬਾਰੇ ਗੱਲ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੱਡਾ ਸੰਘਰਸ਼ ਵਿੜਨ ਦੇ ਲਈ ਮਜਬੂਰ ਹੋਣਗੇ। ਸਰਕਾਰ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਜੇ ਸਾਡੀਆਂ ਇਹ ਮੰਗਾਂ ਅੱਜ ਹੱਲ ਹੋ ਜਾਣ, ਅੱਜ ਮੀਟਿੰਗ 'ਤੇ ਜਿਹੜੇ ਸਾਡੇ ਪ੍ਰਧਾਨ ਸ਼ਮਿੰਦਰ ਗਏ ਹੋਏ ਨੇ, ਜੇ ਉਹਨਾਂ ਦਾ ਅੱਜ ਕੋਈ ਸਾਡੀ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਆ ਇਹ ਪ੍ਰੋਗਰਾਮ ਜਿਹੜਾ ਆ ਉਹ ਮਤਲਬ ਆਪਣੇ ਜਿਹੜੇ ਹੈਗੇ ਆ ਆਰਾਮ ਨਾਲ ਚੱਲੂਗਾ। ਲੇਕਿਨ ਜੇ ਇਹਨਾਂ ਨੇ ਕੋਈ ਸਾਡਾ ਹੱਲ ਨਾ ਕੀਤਾ ਫਿਰ ਅਸੀਂ ਜਿਹੜਾ ਆ ਇਹ ਸਾਡਾ ਯੂਨੀਅਨ ਪ੍ਰਧਾਨ ਜਿਹੜੀ ਉਹ ਤੈਅ ਕਰਨਗੇ ਕਿ ਜਿਹੜਾ ਮਤਲਬ ਅਸੀਂ ਜਾਰੀ ਪ੍ਰੋਗਰਾਮ ਜਿਹੜਾ ਸਾਰਾ ਦਿਨ ਹਮੇਸ਼ਾ ਜਾਰੀ ਰੱਖਿਆ ਜਾਏਗਾ। ਕੀ ਕੁਛ ਮੰਗਾਂ ਹੈਗੀਆਂ? ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਇੱਕ ਛੇਵਾਂ ਪੇ ਕਮਿਸ਼ਨ ਹੈਗੀ, ਇੱਕ ਕੱਚੇ ਮੁਲਾਜ਼ਮਾਂ ਨੂੰ ਜਿਹੜਾ ਹੈ ਉਹ ਪੱਕਾ ਕੀਤਾ ਜਾਵੇ। 10-10 ਸਾਲਾਂ ਤੋਂ ਜਿਹੜਾ ਹੈ 10-10 ਹਜ਼ਾਰ ਰੁਪਏ ਦੇ ਪੇ ਜਿਹੜੇ ਆ ਅਸੀਂ ਮਤਲਬ ਕੰਮ ਕਰ ਰਹੇ ਹੈਗੇ ਹਾਂ, ਲੇਕਿਨ ਸਰਕਾਰ ਜਿਹੜੀ ਹੈ ਕਦੀ ਵੀ ਸੁਣ ਨਹੀਂ ਰਹੀ ਹੈਗੀ। ਪਹਿਲਾਂ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਪੱਕਾ ਕਰ ਦਾਂਗੇ, ਅਸੀਂ ਕਰੋਨਾ ਵਾਰੀਅਰ ਵੀ ਰਹੇ ਹਾਂ, ਲੇਕਿਨ ਕਰੋਨਾ ਦੇ ਵਿੱਚ ਸਾਡੇ ਜਿਹੜੇ ਫੈਮਿਲੀਜ਼ ਨੇ ਉਹਨਾਂ ਨੇ ਕਾਫੀ ਕਰੋਨਾ ਵਿੱਚ ਕੰਮ ਕੀਤਾ ਆ ਔਰ ਅੱਜ ਦੇ ਕੰਮ ਕਰਕੇ ਇੰਨਾ ਕੰਮ ਕੀਤਾ ਅਤੇ ਜਿਹੜੀ ਫੈਮਿਲੀਜ਼ ਨੇ ਬਹੁਤ ਸਫ਼ਰ ਕੀਤਾ। ਜਦੋਂ ਇੰਨਾ ਸਫ਼ਰ ਕਰਨ ਤੋਂ ਬਾਅਦ ਸਾਡੀ ਫੈਮਿਲੀਜ਼ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਸਾਡੇ ਤੋਂ ਇੰਨੇ ਸਰਕਾਰ ਦੇ ਅੱਗੇ ਅਪੀਲ ਕਰਦੀਆਂ ਆ, ਫੈਮਿਲੀਜ਼ ਵੀ ਕਰਦੀਆਂ, ਬੱਚੇ ਵੀ ਕਰਦੇ, ਅਸੀਂ ਵੀ ਕਰ ਰਹੇ ਹਾਂ, ਪਰ ਲੇਕਿਨ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਸਰਕਾਰ ਨੂੰ ਸਾਡੇ ਬਾਰੇ ਸੋਚਣਾ ਚਾਹੀਦਾ। 10-10 ਹਜ਼ਾਰ ਤਾਂ ਅਸੀਂ ਫੈਮਿਲੀਆਂ ਜਿਹੜੀਆਂ ਅਸੀਂ ਨਹੀਂ ਆਪਣੇ ਮਤਲਬ ਉਹਨਾਂ ਦਾ ਖਰਚਾ ਜਿਹੜਾ ਉਠਾ ਸਕਦੇ ਹੈਗੇ ਅਤੇ ਅਸੀਂ ਜਿਹੜਾ ਇਹ ਅਸੀਂ ਜੇ ਸਾਡਾ ਅੱਜ ਹੱਲ ਕੋਈ ਨਿਕਲ ਗਿਆ ਤਾਂ ਠੀਕ ਹੈ, ਨਹੀਂ ਹੱਲ ਨਿਕਲਿਆ ਤਾਂ ਅਸੀਂ ਕੱਲ੍ਹ ਵੀ ਜਿਹੜਾ ਆ ਅਸੀਂ ਰੋਸ ਪ੍ਰਦਰਸ਼ਨ ਵਜੋਂ ਇੱਥੇ ਹੜਤਾਲ 'ਤੇ ਬੈਠਾਂਗੇ। ਸਾਡਾ ਜਿਹੜਾ ਮੇਨ ਜਿਹੜਾ ਸਾਡਾ ਸਰਕਾਰ ਦੇ ਨਾਲ ਰੋਸ ਹੈਗਾ, ਲੰਗੜਾ ਛੇਵਾਂ ਪੇ ਕਮਿਸ਼ਨ ਦਿੱਤਾ, ਜੋ ਵੀ ਦਿੱਤਾ ਇਹਨਾਂ ਨੇ ਬਹੁਤ ਉਹਦੇ ਵਿੱਚ ਖਾਮੀਆਂ ਨੇ, ਬਹੁਤ ਤਰੁੱਟੀਆਂ ਨੇ ਕਿ ਜੋ ਕਿ ਸਾਨੂੰ ਅੱਗੇ ਵੀ 4600 ਗ੍ਰੇਡ ਮਿਲਦਾ ਸੀ, ਸਾਨੂੰ ਇਸ ਸਰਕਾਰ ਨੇ ਪੇ ਕਮਿਸ਼ਨ ਦੇ ਵਿੱਚ ਉਹਦੇ ਤੋਂ ਵੀ ਥੱਲੇ ਸਾਨੂੰ ਜਿਹੜਾ ਇਹ ਸੁੱਟ ਦਿੱਤਾ। ਔਰ ਸਾਡੇ ਨਰਸਿੰਗ ਅਲਾਉਂਸਿਸ, ਸਾਡੇ ਜਿਹੜੇ ਨੇ ਇਹ ਨਾਈਟ ਅਲਾਉਂਸਿਸ, ਸਾਡੀ ਇਸ ਸਰਕਾਰ ਦੇ ਨਾਲ ਕਾਫੀ ਦੇਰ ਤੋਂ ਮੰਗਾਂ ਜਿਹੜੀਆਂ ਇਹ ਚੱਲ ਰਹੀਆਂ, ਸਾਡੀਆਂ ਕਾਫੀ ਮੀਟਿੰਗਸ ਸਰਕਾਰ ਦੇ ਨਾਲ ਹੋਈਆਂ, ਲੇਕਿਨ ਸਰਕਾਰ ਨੇ ਸਾਡਾ ਇਹਦੇ ਵਿੱਚ ਕੋਈ ਵੀ ਹੱਲ ਜਿਹੜਾ ਇਹਦੇ ਵਿੱਚ ਨਹੀਂ ਲੱਭਿਆ। ਔਰ ਕਰੋਨਾ ਦੇ ਵਿੱਚ ਇੰਨੀ ਮਹਾਮਾਰੀ ਦੇ ਵਿੱਚ ਸਾਡੀਆਂ ਨਰਸਿਸ ਨੇ, ਸਾਡੇ ਜਿਹੜੇ ਕੰਟਰੈਕਟ 'ਤੇ ਕੰਮ ਕਰ ਰਹੇ ਨੇ, ਜਿਹੜੇ NHM 'ਚ ਬੱਚੇ ਕੰਮ ਕਰ ਰਹੇ ਨੇ, ਜਿਹੜੇ ਕੱਚੇ ਮੁਲਾਜ਼ਮ 10-10 ਹਜ਼ਾਰ 'ਤੇ ਕੰਮ ਕਰ ਰਹੇ ਨੇ ਔਰ ਇੰਨਾ ਜ਼ਿਆਦਾ ਕੰਮ ਕੀਤਾ, ਔਰ ਸਰਕਾਰ ਨੇ ਉਦੋਂ ਸਾਨੂੰ ਕਹਿੰਦੀ ਸੀ ਇਹ ਦੇ ਦੇਵਾਂਗੇ ਉਹ ਕਰ ਦੇਵਾਂਗੇ, ਲੇਕਿਨ ਸਰਕਾਰ ਨੇ ਸਰਾਸਰ ਸਾਡੇ ਨਰਸਿੰਗ ਕੇਡਰ ਦੇ ਨਾਲ ਧੱਕਾ ਕੀਤਾ, ਸਾਨੂੰ ਕੋਈ ਉਹਦੇ ਵਿੱਚ ਇਹਨਾਂ ਨੇ ਸਾਨੂੰ ਕੋਈ ਬੈਨੀਫਿਟ ਨਹੀਂ ਦਿੱਤਾ, ਸਗੋਂ ਸਾਨੂੰ ਹੋਰ ਪੇ ਕਮਿਸ਼ਨ ਜਿਹੜਾ ਇੱਕ ਲੰਗੜਾ ਸਾਡੇ 'ਤੇ ਇੱਕ ਥੋਪ ਕੇ ਸਾਡੇ ਨਾਲ ਜਿਹੜਾ ਇੱਕ ਘਿਨਾਉਣਾ ਜਿਹੜਾ ਮਜ਼ਾਕ ਕੀਤਾ ਹੈਗਾ। ਅੱਜ ਸਾਡੇ ਸ਼ਮਿੰਦਰ ਕੌਰ ਘੁੰਮਣ, ਸਾਡੇ ਜਿਹੜੇ ਕਨਵੀਨਰ ਨੇ ਸਟੇਟ, ਸਾਡੇ ਉਹ ਪ੍ਰੈਜੀਡੈਂਟ ਨੇ, ਅੱਜ ਮੀਟਿੰਗ ਵਿੱਚ ਸੈਕਟਰੀ ਸਾਹਿਬ ਵੱਲੋਂ ਬੁਲਾਈ ਗਈ, ਅੱਜ ਗਏ ਹੋਏ ਨੇ ਸਾਡੇ ਨੁਮਾਇੰਦੇ। ਜੇ ਸਾਡਾ ਇਸ ਮੀਟਿੰਗ ਦੇ ਵਿੱਚ ਸਾਡੀਆਂ ਮੰਗਾਂ ਦੇ ਅਕੋਰਡਿੰਗ ਕੋਈ ਹੱਲ ਨਾ ਲੱਭਿਆ ਤਾਂ ਸਾਡੀ ਇਹ ਹੜਤਾਲ ਜਿਹੜੀ ਆ ਅੱਜ ਉਹਨਾਂ ਵੱਲੋਂ ਉਸ ਮੀਟਿੰਗ ਤੋਂ ਬਾਅਦ ਜਿਹੜਾ ਇਹ ਉਲੀਕਿਆ ਜਾਏਗਾ ਪ੍ਰੋਗਰਾਮ, ਉਸੇ ਅਨੁਸਾਰ ਜਿਹੜੀ ਆ ਹੜਤਾਲ ਜਿਹੜੀ ਆ ਉਹ ਜਾਰੀ ਰੱਖੀ ਜਾਏਗੀ। ਅਤੇ ਅਸੀਂ ਇਹੀ ਆਸ ਕਰਦੇ ਹਾਂ ਕਿ ਸਰਕਾਰ ਜਲਦੀ ਤੋਂ ਜਲਦੀ ਸਾਡੀਆਂ ਇਹ ਮੰਗਾਂ ਜਿਹੜੀਆਂ ਮੰਨ ਲਵੇ, ਜੇ ਇਹ ਮੰਗਾਂ ਨਾ ਮੰਨੀਆਂ ਤਾਂ ਅਸੀਂ ਇੱਦਾਂ ਹੀ ਸੜਕਾਂ 'ਤੇ ਆ ਕੇ ਅਸੀਂ ਹਸਪਤਾਲ ਦਾ ਜਿਹੜਾ ਅਸੀਂ ਕੰਮ ਰੋਕ ਰਹੇ ਹਾਂ, ਮਰੀਜ਼ਾਂ ਦਾ ਜਿਹੜਾ ਕੰਮ ਰੋਕ ਰਹੇ ਹਾਂ, ਇਹ ਸਾਨੂੰ ਵੀ ਬਹੁਤ ਜ਼ਿਆਦਾ ਦੁੱਖ ਲੱਗ ਰਿਹਾ ਕਿ ਅਸੀਂ ਉਹਨਾਂ ਨੂੰ ਕਿਉਂ ਹੋ ਰਹੇ ਹਾਂ, ਲੇਕਿਨ ਇਹਦੀ ਸਰਾਸਰ ਸਰਕਾਰ ਜ਼ਿੰਮੇਵਾਰ ਹੈ ਜੋ ਸਾਡੀਆਂ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਅਣਗੌਲਿਆ ਕਰ ਰਹੀ ਹੈ, ਔਰ ਇਹਦੀ ਸਰਾਸਰ ਜਿਹੜੀ ਹੈ ਜ਼ਿੰਮੇਵਾਰ ਸਰਕਾਰ ਹੋਏ।